सत श्री अकाल, तुसीं देख रहे हो द पंजाब टीवी। ते मैं आ जज सिंह चाहल। केंद्र दे तीन खेती कानूनों के खिलाफ दिल्ली दे बार्डरां ते चल रहे किसानी अंदोलन नूं 6 मार्च नूं 100 दिन पूरे हो गए ने, जिस दे रोस दे वजो दिल्ली दे बारी वड्डे रोड जाम करन दा ऐलान किसानां दे वल्लों कीता गया सी। 6 मार्च नूं 11 बजे तो लैके 4 बजे तक 5 घंटे दा वड्डा चक्का जाम करन दा ऐलान किसानां दे वल्लों कीता गया सी, जिस नूं के बखूबी अंजाम भी किसानां दे वल्लों दित्ता गया है। खास तौर ते KMP एक्सप्रैस हाईवे नूं जाम करन दा ऐलान कीता गया सी। सवेर चढ़दिआं ही 6 मार्च नूं किसान वड्डी गिणती दे विच इन्हां वड्डे हाईवे ਵੱਲ ਨੂੰ ਜਾਣ ਲੱਗ ਪਏ ਅਤੇ ਉੱਥੇ ਜਾਮ ਲਾ ਦਿੱਤਾ। ਕਿਸਾਨਾਂ ਦੇ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਇਸ ਚੱਕਾ ਜਾਮ ਦੇ ਵਿੱਚ ਉਹਨਾਂ ਵੱਲੋਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਜਿੰਨੇ ਵੀ ਬਾਰਡਰਾਂ ਤੇ ਧਰਨੇ ਲੱਗੇ ਨੇ, ਜਿੱਥੇ-ਜਿੱਥੇ ਵੀ ਲੱਗੇ ਨੇ, ਉਹਨਾਂ ਦੇ ਕੋਲ ਜਿਹੜਾ ਵੀ ਵੱਡਾ ਹਾਈਵੇ ਪੈਂਦਾ ਹੈ ਉਸ ਨੂੰ ਜਾਮ ਕਰਨ ਦਾ ਸੱਦਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਇਹ ਕਾਲ ਦਿੱਤੀ ਗਈ ਸੀ ਕਿ ਕੇਂਦਰ ਸਰਕਾਰ ਦੇ ਖਿਲਾਫ, ਉਸ ਦੇ ਅੜੀਅੜ ਰਵੱਈਏ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਕਰਨ ਦੇ ਲਈ ਆਪਣੇ ਘਰਾਂ ਤੇ ਦਫ਼ਤਰਾਂ ਤੇ ਦੁਕਾਨਾਂ ਤੇ ਕਾਲੇ ਝੰਡੇ ਲਾਏ ਜਾਣੇ ਚਾਹੀਦੇ ਨੇ ਅਤੇ ਕਾਲੀਆਂ ਪੱਗਾਂ ਵੀ ਬੰਨੀਆਂ ਜਾਣੀਆਂ ਚਾਹੀਦੀਆਂ ਨੇ ਜਾਂ ਫਿਰ ਬਾਹਾਂ ਦੇ ਉੱਪਰ ਕਾਲੇ ਬਿੱਲੇ ਲਾਏ ਜਾਣੇ ਚਾਹੀਦੇ ਨੇ ਤਾਂ ਜੋ ਕੇਂਦਰ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਲੋਕ ਤੁਹਾਡੇ ਰਵੱਈਏ ਤੋਂ ਬਹੁਤ ਜ਼ਿਆਦਾ ਦੁਖੀ ਨੇ। 100 ਦਿਨ ਹੋ ਗਏ ਨੇ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਕਿਸਾਨਾਂ ਨੂੰ, ਪਰ ਮੋਦੀ ਸਰਕਾਰ ਦੇ ਵੱਲੋਂ ਅਜੇ ਤੱਕ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਹੈ। 3 ਖੇਤੀ ਕਾਨੂੰਨ ਰੱਦ ਕਰੋ ਅਤੇ MSP ਨੂੰ ਲੈ ਕੇ ਇੱਕ ਨਵਾਂ ਕਾਨੂੰਨ ਬਣਾਓ, ਇਹ ਦੋ ਮੰਗਾਂ ਨੂੰ ਲੈ ਕੇ, ਦੋ ਵੱਡੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ। ਗੱਲਾਂ ਤਾਂ ਕੀ ਮੰਨਣੀਆਂ ਨੇ, ਮੋਦੀ ਸਰਕਾਰ ਦੇ ਵੱਲੋਂ ਪੰਜਾਬ ਨੂੰ ਲੈ ਕੇ, ਖੇਤੀ ਨੂੰ ਲੈ ਕੇ, ਕਿਸਾਨੀ ਨੂੰ ਲੈ ਕੇ ਦੋ ਹੋਰ ਵੀ ਵੱਡੇ ਵਿਵਾਦਿਤ ਫੈਸਲੇ ਲੈ ਗਏ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਫੈਸਲਾ ਮੋਦੀ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਕਿ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ ਚੌਲਾਂ ਦੀ ਚੁਕਾਈ ਕੇਂਦਰ ਸਰਕਾਰ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ। ਇੱਕ ਸ਼ਰਤ ਲਾ ਦਿੱਤੀ ਗਈ ਹੈ ਕਿ ਆਮ ਚੌਲਾਂ ਦੇ ਵਿੱਚ ਪ੍ਰੋਟੀਨ ਵਾਲਾ ਚੌਲ ਵੀ ਮਿਕਸ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਮਿੱਲਾਂ ਦੇ ਕੋਲ ਪ੍ਰੋਟੀਨ ਵਾਲਾ ਚੌਲ ਨਹੀਂ ਹੈ। 4300 ਦੇ ਕਰੀਬ ਮਿੱਲਾਂ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਚੌਲਾਂ ਦੀ ਛਟਾਈ ਹੁਣ ਬੰਦ ਹੋ ਚੁੱਕੀ ਹੈ। ਇਸ ਤਰ੍ਹਾਂ ਕਣਕ ਦੇ ਸੀਜ਼ਨ ਨੂੰ ਲੈ ਕੇ ਵੀ ਖਤਰਾ ਪੈਦਾ ਹੁੰਦਾ ਦਿਖਾਈ ਦਿੰਦਾ ਹੈ ਕਿ ਜੇਕਰ ਗੋਦਾਮਾਂ ਦੇ ਵਿੱਚੋਂ ਚੌਲ ਨਾ ਚੁੱਕੇ ਗਏ ਤਾਂ ਫਿਰ ਕਣਕ ਕਿੱਥੇ ਸਟੋਰ ਕੀਤੀ ਜਾਏਗੀ। ਇਸ ਫੈਸਲੇ ਬਾਰੇ ਬੋਲਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਹਿ ਦਿੱਤਾ ਕਿ ਮੋਦੀ ਸਰਕਾਰ ਹਿੱਲ ਗਈ ਹੈ। ਨਹੀਂ, ਉਹ ਸਰਕਾਰ ਹਿੱਲ ਗਈ ਲੱਗਦੀ ਹੈ। ਉਹ ਨਾ ਇੱਕ ਕਦਮ 'ਚ ਇੱਦਾਂ ਸਮਝਦੀ ਹੈ ਵੀ ਅਸੀਂ ਇਹਨਾਂ ਨੂੰ ਪਰੇਸ਼ਾਨ ਕਰੀਏ, ਕਬ ਨਹੀਂ ਫੇਰ ਇਹ ਸਾਡੇ ਕੋਲੋਂ ਮੋਰਚਾ ਲੈ ਜਾਓ। ਇਹ ਮੋਰਚਾ ਇੱਦਾਂ ਗਲੋਂ ਲੈਣ ਵਾਲਾ ਨਹੀਂ, ਉਹ ਜੋ ਮਰਜ਼ੀ ਕਰ ਲਏ, ਸਾਨੂੰ ਪਤਾ ਹੈ ਚੌਲਾਂ ਤੋਂ ਬਿਨਾਂ ਉਹਨਾਂ ਦਾ ਸਰਨਾ ਨਹੀਂ। ਇਹ 4 ਦਿਨ ਐਵੇਂ ਡਰਾਬਾ ਹੈ, ਆਫਟਰਆਲ ਉਹ ਮੂਵ ਹੋਣੇ ਨੇ। ਹੁਣ ਉਹ ਜਦੋਂ FCI ਦੇ ਗੋਦਾਮਾਂ ਚਲੇ ਗਏ, ਉਹ FCI ਦੀ ਪ੍ਰੋਪਰਟੀ ਹੈ, ਹੁਣ ਉਹ ਸਟੇਟ ਦੀ ਪ੍ਰੋਪਰਟੀ ਨਹੀਂ। FCI ਦੀ ਗੋਦਾਮਾਂ 'ਚ ਜੇ ਨਸ਼ਟ ਵੀ ਹੋਣਗੇ ਤਾਂ ਭਾਰਤ ਸਰਕਾਰ ਦੇ ਨਸ਼ਟ ਹੋਣਗੇ, ਪੰਜਾਬ ਸਰਕਾਰ ਦੇ ਨਹੀਂ, ਕਿਉਂਕਿ ਉਹਨਾਂ ਦੇ ਗੋਦਾਮਾਂ 'ਚ ਇੱਕ ਵਾਰੀ ਚਲੇ ਗਏ, ਉਹਨਾਂ ਦੀ ਕਸਟਡੀ 'ਚ ਹੈ। ਪੰਜਾਬ ਗਵਰਨਮੈਂਟ ਦਾ ਜਿਹੜਾ ਹੈਗੇ CCL ਲਿਮਿਟ ਉਹ ਕਲੀਅਰ ਹੋ ਚੁੱਕੀ, ਜਿੰਨਾ ਚੌਲ ਉੱਥੇ ਲੱਗ ਜਾਂਦਾ ਉਹਦੇ ਨਾਲ ਉਹਨਾਂ ਦੀ ਲਿਮਿਟ ਕਲੀਅਰ ਹੋ ਜਾਂਦੀ ਹੈ। ਏਜੰਸੀਆਂ ਨੇ ਜਿੰਨਾ ਪੈਡੀ ਖਰੀਦੀ ਹੁੰਦੀ ਹੈ ਉਹਦਾ ਜੋ ਸਰਕਾਰ ਨੇ ਪੈਮਾਨਾ ਤੈਅ ਕੀਤਾ ਉਦੋਂ ਤਾਂ 67% ਪੈਡੀ ਦਾ ਰਾਈਸ 'ਚ ਕਨਵਰਟ ਕਰਕੇ ਇਹਨਾਂ ਨੂੰ ਦੇਣਾ ਹੁੰਦਾ, ਵਿਦਇਨ ਸਪੈਸੀਫਿਕੇਸ਼ਨ ਦੇਣਾ ਹੁੰਦਾ। ਵਿਦਇਨ ਸਪੈਸੀਫਿਕੇਸ਼ਨ ਉਹਨਾਂ ਨੇ ਲਿਆ, ਹੁਣ ਉਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਉਹ ਜ਼ਿੰਮੇਵਾਰੀ ਸਾਰੀ FCI ਦੀ ਹੈ, FCI ਭਾਰਤ ਸਰਕਾਰ ਦੀ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਇਲਾਵਾ, ਚੌਲਾਂ ਵਾਲੇ ਫੈਸਲੇ ਤੋਂ ਇਲਾਵਾ, ਇੱਕ ਹੋਰ ਵੀ ਵਿਵਾਦਿਤ ਫੈਸਲਾ ਲਿਆ ਗਿਆ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਦੇ ਵੱਲੋਂ ਪੰਜਾਬ ਸਰਕਾਰ ਦੇ ਕੋਲੋਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਲੇਖਾ ਜੋਖਾ ਮੰਗ ਲਿਆ ਗਿਆ ਹੈ। FCI ਦਾ ਕਹਿਣਾ ਹੈ ਕਿ ਅਸੀਂ ਜਿਹੜੀ ਕਣਕ ਦੀ ਅਦਾਇਗੀ ਕਰਨੀ ਹੈ, ਕਿਸਾਨਾਂ ਨੂੰ ਪੈਸੇ ਦੇਣੇ ਨੇ, ਇਸ ਵਾਰ ਸਿੱਧੇ ਉਹਨਾਂ ਦੇ ਅਕਾਊਂਟਾਂ ਵਿੱਚ ਹੀ ਪਾਉਣੇ ਨੇ ਜਿਨ੍ਹਾਂ ਦੇ ਨਾਂ 'ਤੇ ਜ਼ਮੀਨਾਂ ਬੋਲਦੀਆਂ ਨੇ। ਇਸ ਫੈਸਲੇ ਨੂੰ ਲੈ ਕੇ ਵਿਰੋਧ ਹੋਣ ਲੱਗ ਪਿਆ ਹੈ। ਬਹੁਤ ਸਾਰੇ ਲੋਕ ਅਜਿਹੀ ਗੱਲ ਕਹਿਣ ਲੱਗ ਪਏ ਨੇ ਕਿ ਆੜ੍ਹਤੀਆਂ ਨੂੰ ਅਦਾਇਗੀ ਸਿਸਟਮ ਦੇ ਵਿੱਚੋਂ ਕੇਂਦਰ ਸਰਕਾਰ ਬਾਹਰ ਕੱਢਣਾ ਚਾਹੁੰਦੀ ਹੈ। ਕਾਂਗਰਸ ਪਾਰਟੀ ਦਾ ਇਸ 'ਤੇ ਕੀ ਕਹਿਣਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਬਈ, ਕੇਂਦਰ ਸਰਕਾਰ ਕਿਸਾਨਾਂ ਕੋਲ ਬਦਲਾ ਲੈਣਾ ਚਾਹੁੰਦੀ ਹੈ, ਉਹਨਾਂ ਨੂੰ ਹੋਰ ਦੁਖੀ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਕਿਸਾਨਾਂ ਦੀ ਜਿਹੜੀ ਮੂਵਮੈਂਟ ਹੈ, ਕਿਸਾਨ ਦਾ ਅੰਦੋਲਨ ਹੈ, ਉਹ ਖਤਮ ਹੋਵੇ ਅਤੇ ਅਸੀਂ ਮਨ ਮਰਜ਼ੀ ਕਰਕੇ ਵੱਡੇ ਸਰਮਾਏਦਾਰਾਂ ਦੇ ਹੱਥਾਂ ਦੇ ਵਿੱਚ ਕਿਸਾਨੀ ਵੇਚ ਦਈਏ। ਔਰ ਕਿਸਾਨਾਂ ਦਾ ਔਰ ਆੜ੍ਹਤੀਆਂ ਦਾ ਬਈ ਦੁੱਖ ਦਰਦ ਦਾ ਰਿਸ਼ਤਾ ਹੈ, ਨੋਂ ਅਤੇ ਮਾਸ ਦਾ ਰਿਸ਼ਤਾ ਹੈ, ਆਪੋ ਦੇ ਵਿੱਚ ਇੱਕ ਦੂਸਰੀ ਤਕਲੀਫ ਦੇ ਵਿੱਚ ਸਾਥ ਦੇਣ ਦਾ ਰਿਸ਼ਤਾ ਹੈ। ਇਹ ਯੁੱਗਾਂ ਤੋਂ ਚੱਲ ਰਿਹਾ ਭਾਈਚਾਰਾ
तुसी तोड़ना चाहते हो, तुसी देश नूं वंडना चाहते हो, तुसी देश नूं गुटां च वंडना चाहते हो, देश नूं धर्मां च वंडना चाहते हो, देश नूं बर्बाद करना चाहते हो। एक दिन तुसी भी बर्बाद हो जाओगे बीजेपी वाले। देश नूं बर्बाद करना बंद करो। जदों तुसी जय जवान जय किसान के खिलाफ जाओगे, साडियां नस्लां ते साडियां फसलां नूं बर्बाद करने की कोशिश करोगे, खुद भी बर्बाद हो जाओगे। कांग्रेस पार्टी तो इलावा किसान आगुआ ने भी सीधे तौर पर मोदी सरकार से हल्ले बोलने शुरू कर दिते ने। किसान आगुआ का कहना है कि आड़तियां नूं अते किसानां नूं आपस दे विच केंद्र सरकार लड़ाउणा चाहुंदी है, इसे करके ही उन्हां नूं पूरे अदायगी सिस्टम दे विचों बाहर कढ़िया जा रहा है। जबकि FCI का कहना है कि अदायगी सिस्टम दे विच असीं पारदर्शिता ट्रांसपेरेंसी लियाउणा चाहुंदे आ तां जो कोई भी घपला ना हो सके अते सीधे तौर पर फायदा किसानां नूं पहुंच सके, उन्हां दे खात्यां विच सीधे तौर पर पैसे असीं पाउणा चाहुंदे हां। पर पंजाब दे विच सब तो वड्डी समस्या ये आ रही है कि पंजाब दीआं 40% जमीनां लोक ठेके ते लै के उस ते खेती करदे ने, जिस दे नाम ते जमीन हुंदी है ज़्यादातर NRI लोक ने जिहड़े कि दूजे मुल्कां विच बैठे ने। जेकर जिस दे नाम ते जमीन बोलदी है कागज़ां दे विच, उस दे खाते विच केंद्र सरकार पैसे पा देगी, तां जिहड़ा खेती कर रहा है ठेके ते लै के जमीन, वह फिर अपने पैसे किवें लेगा, उसके कोल सीधे तौर पर पैसे नहीं आउणगे। जबकि पहला इदां हुंदा है कि आड़तियां दे जरिए किसानां नूं पैसे मिलदे ने, आड़तिया उसे नूं ही पैसे दिंदा है जिहड़ा कि फसल की खेती कर रहा हुंदा है, जिहड़ा फसल लैके आया हुंदा है। जेकर गल करिए पंजाब दे खुराक मंत्री भारत भूषण आशू की, तां उन्हां ने भी मोदी सरकार के इस फैसले की निंदा की है। वह कहिंदे ने कि हरियाणा दे विच ये भी तरीका है कि जेकर सीधे तौर पर अकाउंटा में पवानी है रकम, वह भी पवा सकते हैं किसान। जेकर आड़तियों को लेने ने पैसे तो वह भी ऑप्शन किसान के कोल है। जेकर FCI चाहता है कि असी ये ऑप्शन पंजाब दे विच लागू करना है कि सीधी अकाउंटा दे विच राशि पवानी है, तो यह फैसला किसान से छड़ देना चाहिए है, भाव दोवें ऑप्शन पंजाब दे विच भी अवेलेबल करवाए जाने चाहिए ने। जिमें कि हरियाणा दे विच ने 45 दिन पहला किसान ने दसना हुंदा है कि मेरे खाते विच सीधे पैसे पा दिओ कि जां फिर मैं आड़ती दे कोलों पैसे लवांगा, ते सरकार उदां ही कर दिंदी है। जेकर किसान चाहुंदा है कि मेरे खाते च पा दिओ, खाते च पा दिते जांदे ने, अते जेकर किसान चाहुंदा है कि मैं आड़ती दे कोलों पैसे लवांगा तां फिर अदायगी आड़ती नूं कर दित्ती जांदी है अते अगों आड़तिया किसान नूं पैसे दे दिंदा है। दोनों ऑप्शन पंजाब दे विच वी अवेलेबल करवाए जाने चाहीदे ने। इह मुद्दा हुण पंजाब दी विधानसभा दे विच वी उठदा दिखाई दिंदा है। आम आदमी पार्टी दे सुनाम तो विधायक अमन अरोड़ा ने कैप्टन सरकार दा ध्यान इस मुद्दे वल दवाया है। BJP दी केंद्र सरकार पंजाब दे विच किसानां नूं, मजदूरां नूं, आड़तियां नूं और पंजाब दे समुचे मंडीकरण सिस्टम नूं तबाह करन दे उपर बज़िद है, तुली हुई है, जिस दी वजह करके FCI ने हुण इक नवा ऑर्डर कीता है कि इस आउण वाले कणक दे सीजन दे विच किसानां नूं सीधी पेमेंट है जिहड़ी, उहनां दे अकाउंट्स दे विच दित्ती जाएगी। मैं कल भी इह मुद्दा विधानसभा दे विच चक्किया सीगा और CM साहब नूं सरकार नूं बेनती कीती सीगी कि क्योंकि 1 महीने बाद फसल है जिहड़ी उह मंडियां दे विच आउणा शुरू हो जाणी है और बहुत वड्डी तरथली है जिहड़ी, मैं समझदा कि कन्फ्यूजन क्योस है जिहड़ा उह पैदा होएगा, क्योंकि नंबर एक तो किसी किसान या आड़ती वीर ने सरकार तो मंग नहीं की गई कि किसानों के खाते दे विच सीधा पैसा आए। दूजी तकरीबन 60-65 साल तो मंडीकरण सिस्टम का किसान और आड़तियों का 9 मास का रिश्ता जिहड़ा वो बड़े लंबे समय तो और वधिया तरीके नाल चल रहा है, उसनू तहस नहस करन दे विच केंद्र सरकार लगी हुई है। जेकर गल करिए आड़तिया एसोसीएशन की, तो उन्होंने वालों 1 अप्रैल को सूबा पदरी हड़ताल करन दा ऐलान कर दिता गया है। विजय कालड़ा कहिंदे ने कि पहला यह कह रहे सन कि असी विचोलिया नूं विचों कढ़ना चाहुंदे आ, उदों असी कहा सी कि आड़तिया नूं ही केंद्र सरकार विचोले कह रही है, अते हुण साबित हो गया है कि सानू विचोले गर्दानन की कोशिश की जा रही है। इस दे रोस वजों ही 1 अप्रैल को हड़ताल की जाएगी आड़तिया दे वलों। इस तरह मोदी सरकार दे 2 होर विवादित फैसले सामने आ गए ने जिन्हां नूं लैके वड्डा विवाद खड़ा हुंदा दिखाई दे रहा है। इस तरह लगभग हर वो वर्ग जिहड़ा कि सीधे जां फिर असिधे तौर पर किसानी दे नाल जुड़िया होया है, वह भारत सरकार तो बहुत ज़्यादा दुखी अते निराश दिखाई दे रहा है। लगातार अपील की जा रही है कि साडियां मंगां मनिया जानिया चाहीदियां ने, कुछ भी गलत असी नहीं मंग रहे। तुसी कह रहे हो साडा भला करना है, असी भला नहीं करवाउणा चाहुंदे,
सानू ये कानून नहीं चाहिए, तुसी अपने कानून वापस ले लो। पर मोदी सरकार अड़ी हुई है कि असी तो तुहाडी आमदन दुगनी करके ही रहना है, तुहानू अपने भले बुरे का कुछ भी पता नहीं है। सो यह सी कुछ वो जानकारी जो तुहाडे लई जाननी बहुत जरूरी सी। जेकर इसे तरह ही हर खबर नूं निरपक्षता दे नाल देखदे रहना चाहुंदे हो तां यूट्यूब ते द पंजाब टीवी दे चैनल नूं सबसक्राइब कर लो, बैल वाला बटन जरूर दबा लेना। ते जेकर यह खबर तुसी फेसबुक ते देख रहे हो तां फेसबुक ते द पंजाब टीवी दा पेज लाइक कर लो। मैं जज सिंह चाहल अगली बार फिर हाजर होवांगा, तुसी देखदे रहो द पंजाब टीवी, हर खबर दा सच।